ਆਉਂਦਾ ਇੱਕ ਘੰਟੇ ਬਾਅਦ ਅਸੀਂ ਇੱਥੇ ਬੱਚੇ ਨੂੰ ਛੱਡ ਦਿੰਦੇ ਕਿਉਂਕਿ ਨਾ ਇੱਥੇ ਬੱਚਾ ਜ਼ੋਰ ਲਾਉਂਦਾ ਨਾ ਅਸੀਂ ਉਹਨੂੰ ਬੰਨਦੇ ਉਹ ਇੱਥੇ ਘੰਟੇ ਬਾਅਦ ਉਹਨੂੰ ਇੱਥੇ ਛੱਡਦੇ ਫਿਰ ਅਸੀਂ ਉੱਧਰ ਸਾਡੇ ਕੋਲ ਬਾਲਟੀ ਲੱਗੀ ਥਣ ਲੱਗਿਆ ਇੱਥੇ ਫਿਰ ਬੱਚੇ ਨੂੰ ਅਸੀਂ ਇੱਥੇ ਦੁੱਧ ਪਿਲਾਉਂਦੇ ਫਿਰ ਉਹ ਬੱਚੇ ਨੂੰ ਪਾਲੇ ਦਿਨ ਥੋੜ੍ਹੀ ਜਿਹੀ ਮੁਸ਼ਕਲ ਆਉਂਦੀ ਹੈ ਫਿਰ ਉਹ ਬੱਚਾ ਐਟੋਮੈਟਿਕ ਦੁੱਧ ਪੀਣਾ ਜੀ 9 ਮਹੀਨੇ ਦੀ ਬੱਚੀ ਲੈਣੀ ਹੈ ਤੁਸੀਂ ਬੱਚੀ ਦੀ ਕੁਆਲਿਟੀ ਵੇਖਣੀ ਨਸਲ ਵੇਖਣੀ ਹੈ ਦੇਸੀ ਬੱਚੇ ਨਹੀਂ ਲੈਣੀ ਕਿਸੇ ਅੱਛੇ ਫਾਰਮ ਤੋਂ ਜਾਂ ਅੱਛੇ ਕਿਸੇ ਕਿਸਾਨ ਕੋਲ ਅੱਛੀ ਗਾਏ ਉਸ ਗਾਏ ਦੀ ਤੁਸੀਂ ਪਿੱਛੇ ਵੇਖਣੀ ਵੀ ਇਹਦੀ ਵਾਲਦਾ ਚੰਗੀ ਹੈ ਇਹਦਾ ਬੱਚਾ ਚੰਗਾ ਸੀ ਇਹਦਾ ਬਾਪ ਚੰਗਾ ਹੈ ਬੱਚੀ ਅੱਛੀ ਨਸਲ ਵਾਲੀ ਹੋਵੇ ਉਹ ਤੁਹਾਨੂੰ ਤਕਰੀਬਨ ਜਿਹੜੀ 9 ਮਹੀਨੇ ਦੀ ਬੱਚੀ ਹੈ ਉਹ 50-60 ਹਜ਼ਾਰ ਰੁਪਏ ਦੀ ਮਿਲੇ ਫਿਰ ਤੁਸੀਂ 2 ਸਾਲ ਉਸ ਬੱਚੀ ਨੂੰ ਮਾਸ਼ਾਅੱਲਾ ਤੁਸੀਂ ਉਹਨੂੰ ਮਜ਼ੀਦ ਆਉਂਦੇ ਤੇ ਤੁਸੀਂ ਕੋਈ 60-70 ਹਜ਼ਾਰ ਰੁਪਏ ਉਹਦੇ 'ਤੇ ਮਜ਼ੀਦ ਹੋਰ ਖਰਚਾ ਕਰ ਲਓ ਜੀ ਕਿਉਂਕਿ ਬੱਚਾ ਹੀ ਹੈ ਨਾ ਉਹਨੇ ਜ਼ਿਆਦਾ ਖੁਰਾਕ ਤਾਂ ਨਹੀਂ ਖਾਣੀ ਜੀ 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 ਤੁਸੀਂ 60-70-80 ਹਜ਼ਾਰ ਰੁਪਏ ਖਰਚਾ ਕਰ ਲਓ ਇਹ ਬਣ ਗਿਆ 1,40,000 ਰੁਪਈਆ ਉਹ ਮਾਸ਼ਾਅੱਲਾ ਬੱਚੀ ਅਗਰ ਕੁਆਲਿਟੀ ਵਾਲੀ ਤਾਂ 2.5-3 ਲੱਖ ਰੁਪਏ ਦੀ ਕਾਮ ਆ ਜਾਏਗੀ ਰਹਿਮਾਨ ਰਹੀਮ ਬਿਜ਼ਨਸ ਆਫਿਸਰ ਮੈਂ ਇਜਿੰਦਰ ਖਾਨ ਕੀ ਜਨਮ ਸੇ ਸਭ ਭਾਈਓ ਬਜ਼ੁਰਗੋ ਕੋ ਅਸਲਾਮ ਅਲੈਕੁਮ ਵਰਹਮਤੁਲਾਹਿ ਬਰਕਾਤਹੁ ਅੱਜ ਮੈਂ ਇਹਦੇ ਭਰਾਵਾਂ ਵਾਸਤੇ ਇੱਕ ਐਸੀ ਮਲੂਮਾਤ ਲੈ ਕੇ ਆਇਆ ਜਿਹੜੀਆਂ ਅੱਜ ਤੱਕ ਕਿਸੇ ਭਰਾ ਨੇ ਨਹੀਂ ਦਿੱਤੀਆਂ ਹੁੰਦੀਆਂ ਉਹ ਕਿਹੜੀਆਂ ਨੇ ਉਹ ਭਾਈ ਮੁਹੰਮਦ ਅਸਲਮ ਉਰਫ ਭਾਈ ਮੁਹੰਮਦ ਇਕਬਾਲ ਸਾਹਿਬ ਦੇ ਕੋਲ ਮੈਂ ਆਇਆ ਸਪੈਸ਼ਲ ਮੁੰਗਾ ਯਾ ਚੌ ਸਿਕੰਦਰ ਹਾਂਜੀ ਮੁੰਗਾ ਸਿਕੰਦਰ ਸਿਕੰਦਰ ਚੌਕ ਪਾਕ ਪਤਨ ਰੋਡ ਇੱਥੇ ਮੈਂ ਬਾਈ ਦੇ ਕੋਲ ਸਪੈਸ਼ਲ ਆਇਆ ਇਹ ਤੁਹਾਨੂੰ ਸੱਚੀਆਂ ਅਤੇ ਖਰੀਆਂ ਅਤੇ ਸੋਹਣੀਆਂ ਅਨਮੋਲ ਗੱਲਾਂ ਇਹ ਆਪ ਖੁਦ ਦੱਸਣ ਦੇ ਮਾਸ਼ਾਅੱਲਾ ਬੜੀਆਂ ਸੋਹਣੀਆਂ ਗੱਲਾਂ ਦੱਸਣ ਦੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਵੱਛੀਆਂ ਦਾ ਕਾਰੋਬਾਰ ਕਿਸ ਤਰੀਕੇ ਦਾ ਹੈ ਇੱਕ ਵੱਛੀ 'ਚੋਂ ਕਿੰਨੀ ਪ੍ਰੋਫਿਟ ਹੈ ਇੱਕ ਦਿਨ ਤੋਂ ਲੈ ਕੇ ਮੁਕੰਮਲ ਮਲੂਮਾਤ ਇਸ ਬਾਈ ਕੋਲ ਮਿਲੇਗੀ ਹੁਣ ਚੱਲ ਇਸ ਬਾਈ ਦੇ ਕੋਲ ਹੁਣ ਬਾਈ ਦੇ ਕੋਲ ਚੱਲਦੇ ਹਾਂ ਜੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਅੰਕਲ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਅੱਲਾ ਦਾ ਸ਼ੁਕਰ ਜਨਾਬ ਦਾ ਕੀ ਨਾਮ ਹੈ ਮੁਹੰਮਦ ਇਕਬਾਲ ਇਕਬਾਲ ਸਾਹਿਬ ਇਲਾਕਾ ਕਿਹੜਾ ਜੇ ਬੋਂਗਾ ਯਾਦ ਸਿਕੰਦਰ ਚੌਕ ਅਤੇ ਜ਼ਿਲ੍ਹਾ ਪਾਕ ਪਤਨ ਸ਼ਰੀਫ ਇਕਬਾਲ ਸਾਹਿਬ ਮਾਸ਼ਾਅੱਲਾ ਤੁਹਾਡਾ ਕਾਫੀ ਨਾਮ ਸੁਣਿਆ ਤੁਸੀਂ ਕਾਫੀ ਅਰਸੇ ਤੋਂ ਇਹ ਗਾਵਾਂ ਦੇ ਕਾਰੋਬਾਰ ਦੇ ਨਾਲ ਮੁਨਸਲਿਕ ਹੋ ਜੀ ਅਤੇ ਮਾਸ਼ਾਅੱਲਾ ਤੁਸੀਂ ਸੋਹਣੀਆਂ ਗਾਵਾਂ ਦਾ ਲੈਣ ਦੇਣ ਕਰਦੇ ਹੋ ਅਤੇ ਸੋਹਣੇ ਜਾਨਵਰ ਪਾਲਦੇ ਹੋ ਬਿਲਕੁਲ ਅਤੇ ਅੱਜ ਦੀ ਇਸ ਵੀਡੀਓ ਦਾ ਸਾਡਾ ਟੌਪਿਕ ਇਹ ਵੇ ਕਿ ਜਿਹੜੀ ਇੱਕ ਦਿਨ ਦੀ ਵੱਛੀ ਹੈ ਜੀ ਜੀ ਮਾਸ਼ਾਅੱਲਾ ਇਸ ਟਾਈਮ ਸਾਹਮਣੇ ਛੋਟੇ ਜਾਨਵਰ ਮੌਜੂਦ ਨੇ ਜੀ 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 ਉਹਦੀ ਜਿਹੜੀ ਤਿਆਰੀ ਹੈ ਉਹ ਮੁਕੰਮਲ ਦੱਸਣੀ ਹੈ ਜੀ ਜੀ ਸਭ ਤੋਂ ਪਹਿਲੇ ਇਹ ਦੱਸੋ ਕਿ ਤੁਹਾਡੇ ਕੋਲ ਕਿਹੜੀ ਕਿਹੜੀ ਨਸਲ ਦੇ ਜਾਨਵਰ ਮੌਜੂਦ ਨੇ ਸਾਡੇ ਕੋਲ ਜੀ ਜਰਸੀ ਫਰੀਜ਼ੀਅਨ ਕ੍ਰੌਸ ਆਸਟ੍ਰੇਲੀਆ ਸਾਹੀਵਾਲ ਕ੍ਰੌਸ ਵੀ ਅਤੇ ਸਾਡੇ ਕੋਲ ਤਕਰੀਬਨ 3-4 ਕਿਸਮ ਦਾ ਕ੍ਰੌਸ ਹੈ ਅੱਛਾ ਹਾਂਜੀ ਠੀਕ ਹੈ ਜਰਸੀ ਵੀ ਫਰੀਜ਼ੀਅਨ ਵੀ ਆਸਟ੍ਰੇਲੀਆ ਵੀ ਇਹ ਸਾਡੇ ਕੋਲ ਮੁਖਤਲਿਫ ਕ੍ਰੌਸ ਹਨ ਸਾਹੀਵਾਲ ਕ੍ਰੌਸ ਠੀਕ ਤੁਸੀਂ ਮਾਸ਼ਾਅੱਲਾ ਇਹ ਦਾ ਫਰੀਜ਼ੀਅਨ ਦਾ ਕ੍ਰਾਸ ਰੱਖਿਆ ਠੀਕ ਹੈ ਨਾ ਪਿਓਰ ਤੁਸੀਂ ਫਰੀਜ਼ੀਅਨ ਰੱਖੀਆਂ ਨੇ ਜਾਂ ਘੱਟ ਰੱਖੀਆਂ ਨੇ ਘੱਟ ਹੈ ਇਹਦੀ ਕੀ ਵਜ੍ਹਾ ਤੁਸੀਂ ਪਹਿਲੇ ਇਹ ਦੱਸੋ ਕਿ ਤੁਸੀਂ ਜਿਹੜੀ ਕ੍ਰਾਸ ਕੋਵੇ ਉਹ ਹੀ ਕਿਉਂ ਰੱਖਦੇ ਹੋ ਉਹ ਇਸ ਵਜ੍ਹਾ ਤੋਂ ਰੱਖਣਾ ਸਾਡਾ ਜਿਹੜਾ ਟੈਂਪਰੇਚਰ ਹੈ ਨਾ ਮਾਹੌਲ ਹੈ ਨਾ ਫਾਰਮ ਦੇ ਵਿੱਚ ਗਰਮੀ ਬਹੁਤ ਸ਼ਦੀਦ ਹੈ ਇਸ ਵਜ੍ਹਾ ਤੋਂ ਗਰਮੀ ਦੀ ਵਜ੍ਹਾ ਤੋਂ ਜਾਨਵਰ ਫਿਰ ਗਰਮੀ 'ਚ ਬੜੇ ਤੰਗ ਹੁੰਦੇ ਨੇ ਗਰਕਣ ਲੱਗ ਜਾਂਦੇ ਨੇ ਦੁੱਧ ਦੀ ਰੇਸ਼ੋ ਘੱਟ ਜਾਂਦੀ ਹੈ ਖੁਰਾਕ ਜਾਨਵਰ ਘੱਟ ਖਾਂਦਾ ਹੈ ਜਾਨਵਰ ਬਿਮਾਰ ਹੋਣ ਦਾ ਖਦਸ਼ਾ ਹੁੰਦਾ ਹੈ ਇਸ ਵਜ੍ਹਾ ਤੋਂ ਜਿਹੜੇ ਇਸ ਮਾਹੌਲ ਨਾਲ ਐਡਜਸਟ ਹੈ ਜਿਹੜੇ ਇਸ ਮਾਹੌਲ ਨਾਲ ਬਿਲਕੁਲ ਸਹੀ ਹਨ ਉਹ ਜਾਨਵਰ ਅਸੀਂ ਖਰੀਦਦੇ ਹਾਂ ਅਤੇ ਇਹਨਾਂ ਦੀ ਸਰ ਹੁਣ ਤਿਆਰੀ ਦੱਸੋ ਕਿ ਜਿਹੜਾ ਛੋਟਾ ਬੱਚਾ ਹੈ ਛੋਟੀ ਵੱਛੀ ਹੈ ਉਹਨੂੰ ਕਿੰਨੇ ਮਹੀਨੇ ਦੁੱਧ ਪਿਲਾਉਂਦੇ ਹੋ ਸ਼ੁਰੂ 'ਚ ਕਿੰਜ ਸੇਵਾ ਕਰਦੇ ਹੋ ਕਿਦੂ ਵੰਡੇ 'ਤੇ ਲਾਉਂਦੇ ਹੋ ਫਿਰ ਕਿਹੜੀ ਕਿਹੜੀ ਖੁਰਾਕ ਨੂੰ ਖਿਲਾਉਂਦੇ ਹੋ ਅਸੀਂ ਜੀ ਜਦੋਂ ਬੱਚਾ ਪੈਦਾ ਹੁੰਦਾ ਨਾ ਅਸੀਂ ਉਹਨੂੰ 1 ਦਿਨ ਵੀ ਮਾਂ ਦਾ ਦੁੱਧ ਯਾਨੀ ਮਾਂ ਦੇ ਥੱਲੇ ਨਹੀਂ ਪਿਲਾਉਂਦੇ ਅਸੀਂ ਉਹਨੂੰ ਬੱਚਾ ਪੈਦਾ ਹੋਣ ਤੋਂ ਬਾਅਦ ਇੱਥੇ ਪਿੰਜਰਾ ਹੈਗਾ ਪਿੰਜਰੇ ਦੇ ਵਿੱਚ ਅਸੀਂ ਬੱਚਾ ਵਿੱਚ ਅੰਦਰ ਰੱਖ ਦਿੰਦੇ ਹਾਂ ਇੱਕ ਬਾਲਟੀ ਉਹਨੂੰ ਥਣ ਲੱਗਾ ਹੋਇਆ ਉਸੇ ਜਾਨਵਰ ਦਾ ਜਿਹੜਾ ਸੁਣਦਾ ਉਹਦਾ ਹੀ ਬਹੁਤ ਚੋ ਕੇ ਤਾਂ ਉਹਨੂੰ ਥਣ ਦਾ ਪਿਵਾ ਦਿੰਦੇ ਹਾਂ ਉੱਥੇ ਅਸੀਂ 15 ਦਿਨ ਰੱਖਣਾ ਉਹਦੇ ਉੱਪਰ ਬਣਿਆ ਸ਼ੈੱਡ ਤੁਹਾਨੂੰ ਵਿਖਾ ਦਿੰਦਾ 15 ਦਿਨ ਬੱਚਾ ਉੱਥੇ ਰਹੇਗਾ 15 ਦਿਨ ਤੋਂ ਬਾਅਦ ਇਹ ਸਾਡਾ ਨਾਲ ਵਾਲਾ ਸ਼ੈੱਡ ਹੈ ਇਹ ਨਾਲ ਵਾਲਾ ਪੋਰਸ਼ਨ ਹੈ ਇੱਥੇ ਅਸੀਂ ਬੱਚਾ ਲੈ ਆਉਂਦੇ ਹਾਂ ਉਸ ਤੋਂ ਬਾਅਦ ਉਹਨੂੰ ਤੁਸੀਂ ਥਣ ਤੋਂ ਬਗੈਰ ਕਿਸੇ ਵੀ ਇੱਕ ਬਰਤਨ ਸਾਡੇ ਕੋਲ ਸਾਹਮਣੇ ਬਰਤਨ ਰੱਖੇ ਉਹਨਾਂ 'ਚ ਅਸੀਂ ਬੱਚਾ ਉਦੋਂ ਥੋੜ੍ਹਾ ਜਿਹਾ ਸਮਝਦਾਰ ਹੋ ਜਾਂਦਾ ਉਹਦੇ 'ਚ ਅਸੀਂ 1 ਕਿਲੋ ਦੁੱਧ ਪਾਉਂਦੇ ਹਾਂ ਬੱਚਾ ਐਟੋਮੈਟਿਕ ਪੀ ਜਾਂਦਾ ਫਿਰ ਅਸੀਂ ਉਹਨੂੰ ਪਾਈਆ ਵੰਡਾ ਵੀ ਨਾਲ ਸ਼ੁਰੂ ਕਰ ਦਿੰਦੇ ਹਾਂ ਜਦੋਂ ਉੱਥੇ ਤਕਰੀਬਨ 2-3 ਮਹੀਨੇ ਬੱਚਾ ਇਸ ਨਾਲ ਦੇ ਸ਼ੈੱਡ 'ਚ ਰਹਿੰਦਾ ਕੁਝ ਹੋਰ ਸਮਝਦਾਰ ਹੋ ਜਾਂਦਾ ਫਿਰ ਉਹ ਬੱਚਾ ਅਸੀਂ ਉਹਨੂੰ ਸ਼ਿਫਟ ਕਰਕੇ ਇੱਥੇ ਲੈ ਆਉਂਦੇ ਅੱਛਾ ਹਾਂਜੀ ਜਿਹੜਾ ਸਰ ਤੁਸੀਂ ਪਹਿਲੇ 15 ਦਿਨ ਉਹਨੂੰ ਰੱਖਦੇ ਹੋ 15 ਦਿਨ ਉਹਨੂੰ ਕਿੰਨਾ ਦੁੱਧ ਪਿਲਾਉਂਦੇ ਹੋ ਅਤੇ ਜਿਹੜਾ ਸ਼ੁਰੂ 'ਚ ਪਹਿਲੇ ਦਿਨ ਬੋਲਾ ਹੁੰਦਾ ਉਹ ਕਿੰਨਾ ਪਿਲਾਉਣਾ ਚਾਹੀਦਾ ਜਿਹੜਾ ਪਹਿਲੇ ਦਿਨ ਦਾ ਬੋਲਾ ਨੇ ਜੀ ਉਹ ਅਸੀਂ ਬੱਚੇ ਨੂੰ ਰੱਜ ਕੇ ਪਿਲਾਉਂਦੇ ਹਾਂ ਪਹਿਲੇ ਦਿਨ ਦਾ ਜਿਹੜਾ ਪਹਿਲਾ ਬੋਲਾ ਹੁੰਦਾ ਅਸੀਂ ਬੱਚੇ ਨੂੰ ਰੱਜ ਕੇ 2 ਕਿਲੋ ਪੀ ਲਵੇ 2.5 ਕਿਲੋ ਪੀ ਲਵੇ 3 ਕਿਲੋ ਪੀ ਲਵੇ ਅਸੀਂ ਉਹ ਬੱਚੇ ਨੂੰ ਇੰਨਾ ਬੋਲਾ ਪਿਲਾਵੇਗਾ
ਅੱਛਾ ਉਸ ਤੋਂ ਬਾਅਦ ਜਦੋਂ ਫਿਰ ਇੱਕ ਕਿਲੋ ਤਕਰੀਬਨ ਸੁਬਹਾ ਇੱਕ ਕਿਲੋ ਸ਼ਾਮ ਨੂੰ ਜੀ ਉਹ ਅਸੀਂ ਉਹਨੂੰ ਦਿੰਦੇ ਹਾਂ ਨਾਲ ਵੰਡਾ ਵੀ ਦਿੰਦੇ ਬੱਚਾ 15 ਦਿਨ ਬਾਅਦ ਥੋੜ੍ਹਾ ਥੋੜ੍ਹਾ ਵੰਡਾ ਖਾਣਾ ਸ਼ੁਰੂ ਕਰ ਦਿੰਦਾ ਉਹ ਫਿਰ ਠੀਕ 15 ਦਿਨ ਹੋਰ ਇੱਕ ਮਹੀਨੇ ਬਾਅਦ ਉਹ ਬੱਚਾ ਪਾਈਆ ਵੰਡਾ ਖਾਣਾ ਸ਼ੁਰੂ ਕਰ ਦਿੰਦਾ ਸਰ ਵੰਡਾ ਕਿਹੜੇ ਇਸਤੇਮਾਲ ਕਰਦੇ ਹੋ ਵੰਡਾ ਅਸੀਂ ਆਪਣਾ ਬਣਾਇਆ ਪੰਜ ਛੇ ਛਈਆਂ ਮਿਕਸ ਕਰਕੇ ਬਾਜ਼ਾਰ ਨਾਲੋਂ ਸਾਡਾ ਵੰਡਾ ਅਸੀਂ ਜਿਹੜੀ ਸਾਡੀ ਕੁਆਲਿਟੀ ਹੈ ਉਹ ਬਿਹਤਰ ਹੈ ਜੀ ਜੀ ਸਾਡੇ ਕੋਲ ਸਾਰੀਆਂ ਖਾਲਸ ਚੀਜ਼ਾਂ ਹਨ ਬਾਜ਼ਾਰ ਵਿੱਚ ਕੰਪਨੀ ਵਾਲੇ ਪਤਾ ਨਹੀਂ ਵਿੱਚ ਕੀ ਸ਼ਾਮਿਲ ਕਰਦੇ ਹਨ ਲੇਕਿਨ ਜਿਹੜਾ ਸਾਡਾ ਵੰਡਾ ਹੈ ਉਹ ਸਾਡਾ ਆਪਣੇ ਤਜਰਬੇ ਦੇ ਨਾਲ ਹੈ ਖਾਲਸ ਚੀਜ਼ਾਂ ਸਾਡੀਆਂ ਆਪਣੀਆਂ ਆਪ ਖਰੀਦ ਕੇ ਫਿਰ ਅਸੀਂ ਉਹਦਾ ਵੰਡਾ ਤਿਆਰ ਕਰਨਾ ਉਹ ਨੁਸਖਾ ਸਾਨੂੰ ਦੱਸ ਸਕਦੇ ਫਾਰਮੂਲਾ ਕੀ ਚੀਜ਼ਾਂ ਤੁਸੀਂ ਮਿਲਾਉਂਦੇ ਜੇ ਉਹ ਅਸੀਂ ਤਕਰੀਬਨ 8-9 ਚੀਜ਼ਾਂ ਹਨ ਉਹ ਦੱਸ ਦਿਓ ਨਾ ਕਿਸੇ ਹੋਰ ਭਰਾ ਦਾ ਵੀ ਫਾਇਦਾ ਹੋ ਜਾਵੇ ਅਸੀਂ ਜੀ ਮੱਕੀ ਹਾਂਜੀ ਮੱਕੀ ਦਾ ਦਲੀਆ ਕਰ ਲੈਣ 100 ਕਿਲੋ ਦਾ ਮਸਾਲ ਬਣਾ ਹੋਵੇ 100 ਮਣ ਦਾ ਬਣਾਉਣਾ ਹੋਵੇ ਹਾਂਜੀ ਹਾਂਜੀ ਉਹਦਾ ਫਾਰਮੂਲਾ ਦੱਸ ਦਿਓ 100 ਮਣ ਦੇ ਹੈ ਹਾਂਜੀ 100 ਮਣ ਦੇ ਵਿੱਚ ਅਸੀਂ ਤਕਰੀਬਨ 6-7 ਚੀਜ਼ਾਂ ਮਿਲਾਉਂਦੇ ਹਾਂ ਹਾਂਜੀ ਦੱਸੋ ਉਹਦੇ 'ਚ 25 ਮਣ ਮੱਕੀ ਹੋ ਗਈ ਹਾਂਜੀ 25 ਮਣ ਉਹਦੇ ਵਿੱਚ ਅਸੀਂ ਦਲੀਆ ਲੈ ਲੈਂਦੇ ਹਾਂ ਕਣਕ ਦਾ 25 ਮਣ ਕੌੜੀ ਖਲ ਲੈ ਲਈ ਕੁਝ ਉਹਦੇ ਵਿੱਚ ਗੁੜ ਲੈ ਲਿਆ ਸ਼ੀਰਾ ਗੁੜ ਦਾ ਉਹ ਅਸੀਂ ਪਾਉਂਦੇ ਹਾਂ ਕੁਝ ਤੇਲ ਪਾ ਦਿੰਦੇ ਹਾਂ ਕੁਝ ਬਾਜ਼ਾਰ 'ਚ ਹੋਰ ਚੀਜ਼ ਜਿਹੜੀ ਬਾਜ਼ਾਰ 'ਚ ਸਾਨੂੰ ਸਸਤੀ ਲੱਭੇ ਬਾਜਰੇ ਦਾ ਦਲੀਆ ਮੱਕੀ ਦਾ ਮਕਦਾਰ ਨਾਲ ਦੱਸੀ ਉਹਨਾਂ ਤੇਲ ਕਿੰਨਾ ਤੇਲ ਜੇ ਮੈਂ ਤੁਹਾਨੂੰ ਅਸੀਂ 100 ਮਣ ਦਾ ਤੁਸੀਂ ਕਿਹਾ ਹਾਂਜੀ ਅੱਛਾ ਅੱਛਾ ਮੈਂ 100 ਮਣ ਦੇ ਹਿਸਾਬ ਨਾਲ ਤੁਹਾਨੂੰ ਦੱਸ ਰਿਹਾ ਹਾਂਜੀ ਅਗਰ ਅਸੀਂ 5-6 ਚੀਜ਼ਾਂ ਮਿਲਾਵਾਂਗੇ ਨਾ ਹਾਂਜੀ ਤਾਂ ਤਕਰੀਬਨ 25-25 ਮਣ ਜਾਂ 20-20 ਮਣ ਦੀਆਂ 100 ਮਣ ਦੀ ਐਵਰੇਜ ਜਿਵੇਂ ਜਾਂ 5 ਚੀਜ਼ਾਂ ਮਿਲਾਵਾਂਗੇ ਤਾਂ ਅਸੀਂ 5-6, 20-20 ਮਣ 18 ਮਣ ਉਹ ਅਸੀਂ ਔਸਤੋਂ ਦੇ ਪਾ ਦਿਆਂਗੇ ਠੀਕ ਹੈ ਸਰ ਇਹ ਜਿਹੜਾ ਵੰਡਾ ਤੁਸੀਂ ਜ਼ਿਕਰ ਕਰਦੇ ਹੋ ਪਏ ਇੱਕ ਤਾਂ ਹੁੰਦਾ ਨਾ ਕਿ ਦੁੱਧ ਵਾਲੇ ਜਾਨਵਰਾਂ ਵਾਸਤੇ ਇਹ ਜਿਹੜਾ ਵੰਡਾ ਇਹ ਜਿਹੜੀਆਂ ਵੱਛੀਆਂ ਤਿਆਰ ਕਰਨੀਆਂ ਨੇ ਇਹ ਉਹਨਾਂ ਵਾਸਤੇ ਵੀ ਅਸੀਂ ਉਹਨਾਂ ਨੂੰ ਹੀ ਪਾਉਣਾ ਹੈ ਇਹਦਾ ਬਹੁਤ ਅੱਛਾ ਰਿਜ਼ਲਟ ਹੈ ਅੱਛਾ ਇਹ ਜੀ ਵੇਖੋ ਜੀ ਬੜੀ ਬਿਹਤਰੀਨ ਖੁਰਾਕ ਹੈ ਜਦੋਂ ਜਾਨਵਰ ਸਾਡਾ ਇੱਥੇ ਉਹਨੂੰ ਸੈਲਜ ਵੀ ਮਿਲਦਾ ਸਬਜ਼ ਪੱਠਾ ਵੀ ਨਾਲ ਮਿਲਦਾ ਫਿਰ ਅਸੀਂ ਉਹਨੂੰ ਵੰਡਾ ਵੀ ਪਾਉਣਾ ਫਿਰ ਇਨਸ਼ਾਅੱਲਾ ਸਾਡਾ ਘਰ ਦਾ ਵੰਡਾ ਖਾਲਸ ਵੰਡਾ ਬੜਾ ਬਿਹਤਰੀਨ ਵੰਡਾ ਔਰ ਇਹਦਾ ਬਹੁਤ ਅੱਛਾ ਰਿਜ਼ਲਟ ਹੈ ਆਹ ਮਾਸ਼ਾਅੱਲਾ ਸਾਡੇ ਦੇਖੋ ਨਾ ਸਾਡੇ ਕੋਲ 8 ਮਹੀਨੇ ਦੇ 7 ਮਹੀਨੇ ਦੇ ਬੱਚੀਆਂ ਹਨ ਜੀ ਜੀ ਠੀਕ 6 ਮਹੀਨੇ ਬਾਅਦ ਇਨਸ਼ਾਅੱਲਾ ਇਹ ਪ੍ਰੈਗਨੈਂਟ ਹੋ ਜਾਣਗੇ ਉਸ ਪਾਸੇ ਸ਼ਿਫਟ ਹੋ ਜਾਣਗੀਆਂ ਅੱਛਾ ਅਸੀਂ ਇਨਸ਼ਾਅੱਲਾ 2 ਸਾਲ ਦੇ ਬੱਚੀ ਤਿਆਰ ਕਰ ਲੈਣਾ 2 ਸਾਲ ਬਾਅਦ ਉਹ ਗਾਂ ਬਣ ਜਾਂਦੀ ਹੈ ਜਾਂ ਸੂਣ ਦੇ ਕਰੀਬ ਹੋ ਜਾਂਦੀ ਹੈ ਜਾਂ 5-6 ਮਹੀਨੇ ਦੀ ਪ੍ਰੈਗਨੈਂਟ ਹੁੰਦੀ ਮਾਸ਼ਾਅੱਲਾ ਜ਼ਿੰਦਾਬਾਦ ਜੀ ਇਹ ਵੱਛੀ ਦੀ ਕਮ ਅਜ਼ ਕਮ ਕਿੰਨੀ ਉਮਰ ਹੁੰਦੀ ਹੈ ਕਿੰਨੇ ਮਹੀਨੇ ਜਾਂ ਕਿੰਨੇ ਸਾਲ ਤੇ ਉਹ ਵੰਨ ਲੱਗ ਜਾਂਦੀ ਹੈ ਇਹ ਜੀ ਉਮਰ ਦੀ ਗੱਲ ਇਹ ਹੈ ਜਦੋਂ ਵੱਛੀ ਇੱਥੇ ਸਾਡੇ ਕੋਲ ਇੱਕ ਸਾਲ ਬਾਅਦ ਵੱਛੀ ਤਕਰੀਬਨ ਪ੍ਰੈਗਨੈਂਟ ਹੋਣ ਦੇ ਕਾਬਲ ਹੋ ਜਾਂਦੀ ਅਗਰ ਅਸੀਂ ਸਹੀ ਖੁਰਾਕ ਦੇਈਏ ਸਹੀ ਅਸੀਂ ਉਹਦੇ ਖਿਆਲ ਕਰੀਏ ਉਹਦੀ ਕੇਅਰ ਕਰੀਏ ਸਾਲ ਬਾਅਦ ਵੱਛੀ ਮਾਸ਼ਾਅੱਲਾ ਉਹ ਪ੍ਰੈਗਨੈਂਟ ਹੋਣ ਦੇ ਕਾਬਲ ਹੋ ਜਾਂਦੀ ਅਤੇ 5 ਸਾਲ ਬਾਅਦ ਤਾਂ ਇਨਸ਼ਾਅੱਲਾ ਜ਼ਰੂਰ ਹੋ ਜਾਂਦੀ ਹੈ ਫਿਰ ਉਹ 9 ਮਹੀਨੇ ਬਾਅਦ ਸੂ ਪੈਂਦੀ ਤਕਰੀਬਨ ਦੁੰਦੀ 2 ਦੰਦ ਜਿਹੜੀ 2.5 ਸਾਲ ਉਮਰ ਗਿਣੀ ਜਾਂਦੀ ਹੈ ਤਕਰੀਬਨ ਉਹਦੇ ਵਿੱਚ ਉਹ ਮਾਂ ਬਣ ਜਾਂਦੀ ਸੂ ਪੈਂਦੀ ਠੀਕ ਹੈ ਇਨੀ ਮਾਸ਼ਾਅੱਲਾ ਤੁਸੀਂ ਇਹਨਾਂ ਦੀ ਚੰਗੀ ਸਾਂਭ ਕਰਦੇ ਹੋ ਚੰਗੀ ਸੇਵਾ ਕਰਦੇ ਹੋ ਅਤੇ ਉਹ ਜਲਦੀ ਬੱਚਾ ਦੇ ਦਿੰਦੀ ਹਾਂਜੀ ਬੱਚਾ 2.5 ਸਾਲ ਬਾਅਦ ਇਨਸ਼ਾਅੱਲਾ ਉਹ ਸਾਡੇ ਨਾਲ ਜਿਹੜੇ ਬੱਚਾ ਪੈਦਾ ਹੁੰਦਾ ਬੱਚੀ ਜਿਹੜੀ ਪੈਦਾ ਹੁੰਦੀ ਹੈ ਉਹ 2.5 ਸਾਲ ਬਾਅਦ ਸਾਡੇ ਦੁੱਧ ਦੇ ਨਾਲ ਸ਼ਾਮਿਲ ਹੋ ਜਾਂਦੀ ਠੀਕ ਹੈ ਸਰ ਤੁਸੀਂ ਤਾਂ ਪੂਰੇ ਉਸਤਾਦ ਹੋ ਬਾਜ਼ ਜਾਨਵਰ ਹੀਟ ਵਿੱਚ ਨਹੀਂ ਹੁੰਦੇ ਜਾਂ ਬਾਜ਼ ਜਾਨਵਰ ਬਾਰ ਬਾਰ ਫਿਰ ਜਾਂਦੇ ਨੇ ਉਹਨਾਂ ਵਾਸਤੇ ਕੋਈ ਦੇਸੀ ਇਲਾਜ ਨੁਸਖੇ ਹਾਂਜੀ ਹੈ ਉਹਦਾ ਦੇਸੀ ਇਲਾਜ ਜਾਨਵਰ ਦੀ ਜੇ ਅਸੀਂ ਜਾਨਵਰ ਜਿਹੜਾ ਨਾ ਜੀ ਉਹ ਜਿਹੜਾ ਜਾਨਵਰ ਦੀ ਅਸੀਂ ਮੈਂ ਆਪ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਤੁਸੀਂ ਬੇਸ਼ੱਕ ਜੋ ਮੇਰੇ ਤੇ ਸਵਾਲ ਕਰੋ ਮੈਂ ਤਾਂ ਜਵਾਬ ਦੇਵਾਂਗਾ ਜੀ ਜੀ ਜ਼ਿੰਦਾਬਾਦ ਜਿਹੜਾ ਜਾਨਵਰ ਹੋਵੇਗਾ ਉਹ ਇੱਕ ਜਾਨਵਰ ਸੂਣ ਤੋਂ ਬਾਅਦ ਮੈਲ ਨਹੀਂ ਛੱਡਦਾ ਜੀ ਸਰ ਉਹਦੇ ਅੰਦਰ ਕੋਈ ਇਨਫੈਕਸ਼ਨ ਹੋ ਜਾਂਦੀ ਹੈ ਜਿਹਦੇ ਵਜ੍ਹਾ ਜਾਨਵਰ ਰਿਪੀਟ ਹੁੰਦਾ ਇੱਕ ਤਾਂ ਇਹ ਵਜ੍ਹਾ ਹੈ ਇਹਦਾ ਅਸੀਂ ਇਹ ਕਰਨਾ ਹੈ ਕਿ ਡਾਕਟਰ ਬੁਲਾ ਕੇ ਉਹਦੀ ਸਫਾਈ ਕਰਾਉਣਾ ਹੈ ਹਾਂਜੀ ਫਿਰ ਸਾਡਾ ਇੱਕ ਆਪਣਾ ਜ਼ਾਤੀ ਮੇਰਾ ਟੋਟਕਾ ਹੈ ਉਹ ਇਨਸ਼ਾਅੱਲਾ ਬੜਾ ਕਾਮਯਾਬ ਹੈ ਕੀ ਟੋਟਕਾ ਹੈ ਜੀ ਅਸੀਂ ਵੇਖਣਾ ਜਦੋਂ ਜਾਨਵਰ ਨੂੰ ਸਫਾਈ ਕਰਾ ਕੇ ਅੰਦਰੋਂ ਕੋਈ ਇਨਫੈਕਸ਼ਨ ਨਹੀਂ ਰਹੀ ਉਸ ਤੋਂ ਬਾਅਦ ਅਸੀਂ ਇੱਕ ਜਾਨਵਰ ਨੂੰ ਗਾਏ ਨੂੰ 1 ਕਿਲੋ ਘੀ ਦਿੰਦੇ ਮੱਖਣ 1/2 ਕਿਲੋ ਇੱਕ ਦਿਨ ਛੱਡ ਕੇ 1/2 ਕਿਲੋ 1 ਦਿਨ ਨਾਲ ਉਹਨੂੰ ਪੈਨਸਿਲਿਨ 40 ਲੱਖ ਦੇ ਸਿਰਫ 2 ਇੰਜੈਕਸ਼ਨ ਲਾਉਣੇ ਉਹਦੇ ਅੰਦਰ ਕੋਈ ਪ੍ਰੋਬਲਮ ਹੋਵੇ ਉਹ ਇਨਸ਼ਾਅੱਲਾ ਆਟੋਮੈਟਿਕ ਠੀਕ ਹੋ ਜਾਂਦੀ ਆ ਜਾਨਵਰ ਇਨਸ਼ਾਅੱਲਾ ਉਹ ਬਿਲਕੁਲ ਰਹਿ ਜਾਂਦਾ ਅਗਰ ਇਸ ਤੋਂ ਵੀ ਫਿਰ ਕੋਈ ਹੋਰ ਪ੍ਰੋਬਲਮ ਬਣਦੀ ਹੈ ਫਿਰ ਸਾਡੇ ਕੋਲ ਇੱਕ ਹੋਰ ਟੋਟਕਾ ਹੈ ਅਸੀਂ ਵੱਛਾ ਰੱਖਿਆ ਫਿਰ ਉਸ ਗਾਂ ਨੂੰ ਅਸੀਂ ਵੱਛੇ ਕੋਲੋਂ ਕ੍ਰਾਸ ਕਰਾਂਗੇ 2-3 ਵਾਰੀ ਇਨਸ਼ਾਅੱਲਾ ਬੱਚਾ ਕਰੇਗਾ ਉਹਨੂੰ ਫਿਰ ਉਹ ਜਾਨਵਰ ਇਨਸ਼ਾਅੱਲਾ 99% ਜਿਹੜਾ ਨਾ 99% ਉਹ ਇਨਸ਼ਾਅੱਲਾ ਰਿਜ਼ਲਟ ਆਉਂਦਾ ਠੀਕ ਕੋਈ ਜਾਨਵਰ ਅਸੀਂ ਇਹ ਜਿਹਾ ਨਹੀਂ ਛੱਡਦੇ ਤਕਰੀਬਨ ਜਿਹੜਾ ਸੋਏ ਬਗੈਰ ਖਾਲੀ ਜਾਵੇ ਅਸੀਂ ਇਨਸ਼ਾਅੱਲਾ ਮਿਹਨਤ ਕਰਨੀ ਹੈ
ਔਰ ਅੱਲਾਹ ਪਾਕ ਮਿਹਰ ਦਾ ਫਰਮਾ ਮਿਹਰ ਦਾ ਫਰਮਾ ਅੱਛਾ ਸਰ ਇੱਥੇ ਇੱਕ ਸਵਾਲ ਹੋਰ ਪੈਦਾ ਹੁੰਦਾ ਹੈ ਤੁਸੀਂ ਜਿਹੜਾ ਬੁੱਲ ਰੱਖਿਆ ਇਹਨਾਂ ਵਾਸਤੇ ਵਿਹੜਾ ਉਹ ਤਾਂ ਮਾਸ਼ਾਅੱਲਾ ਕਾਫੀ ਤਗੜਾ ਹੋਣਾ ਜੀ ਜੀ ਤੇ ਜਿਹੜੀ ਪਹਿਲਨ ਵੱਛੀ ਹੈ ਤੁਸੀਂ ਉਹਨੂੰ ਵੀ ਇਹਦੇ ਕੋਲ ਕ੍ਰਾਸ ਕਰਾਉਂਦੇ ਹੋ ਨਹੀਂ ਜੀ ਪਹਿਲਨ ਵੱਛੀ ਨੂੰ ਅਸੀਂ ਬੀਰ ਖਾਨੇ ਬੜਾ ਅੱਛਾ ਬੀਰ ਖਾਨਾ ਡਾਕਟਰ ਸਾਡਾ ਆਪਣਾ ਉਹ ਅਸੀਂ ਉਹਨੂੰ ਬੀਰ ਖਾਨੇ ਜਦੋਂ ਇੱਕ ਸੁਬਹ ਸੂਹ ਜਾਂਦੀ ਹੈ ਫਿਰ ਉਹ ਤਕੜੀ ਵੀ ਹੋ ਜਾਂਦੀ ਸਿਹਤਮੰਦ ਵੀ ਹੋ ਜਾਂਦੀ ਫਿਰ ਅਸੀਂ ਬੁੱਲ ਕੋਲ ਕਰਾਉਂਦੇ ਠੀਕ ਹੈ ਪਹਿਲਨ ਨੂੰ ਅਸੀਂ ਪਹਿਲੀ ਵਾਰੀ ਬੁੱਲ ਕੋਲ ਕਰਾਈਏ ਤਾਂ ਫਿਰ ਉਹ ਨੁਕਸਾਨ ਹੁੰਦਾ ਸਰ ਉਹ ਜਿਹੜਾ ਤੁਸੀਂ ਇਹਨੂੰ ਰਹਾਉਂਦੇ ਹੋ ਇੰਜੈਕਸ਼ਨ ਰਹਾਉਂਦੇ ਹੋ ਬੀਰ ਰਹਾਉਂਦੇ ਹੋ ਉਹਦਾ ਵੀ ਥੋੜ੍ਹਾ ਦੱਸੋ ਨਾ ਉਹ ਵੀ ਜਿਹੜਾ ਕਿਸੇ ਬੁੱਲਦਾ ਉਹ ਵੀ ਫਿਰ ਕੋਈ ਕੰਮ ਜਿਸਾ ਮਤਲਬ ਹੋਏਗਾ ਸਾਡਾ ਡਾਕਟਰ ਹੈ ਜੀ ਜੀ ਉਹ ਅਸੀਂ ਆਪਣਾ ਭੇਜਿਆ ਸਾਨੂੰ ਕੰਪਨੀ ਵਾਲੇ ਇੱਥੇ ਬੀਰ ਦੇ ਕੇ ਜਾਂਦੇ ਨੇ ਠੀਕ ਹੈ ਉਹ ਕੰਪਨੀ ਵਾਲੇ ਕੋਲ ਸਾਡਾ ਆਪਣਾ ਡਾਕਟਰ ਹੈ ਉਹ ਇੱਥੇ ਬੀਰ ਇਹਨਾਂ ਨੂੰ ਰੱਖਦਾ ਹੈ ਉਹ ਮਾਸ਼ਾਅੱਲਾ ਉਹਨਾਂ ਦੀ ਤਸੱਲੀ ਹੁੰਦੀ ਹੈ ਸਾਡੇ ਕੋਲ ਕਾਫੀ ਬੱਚੀਆਂ ਇਹਨਾਂ ਵਿੱਚੋਂ ਕਾਫੀ ਬੱਚੀਆਂ ਬੀਰ ਦੀਆਂ ਜੀ ਆ ਤੁਹਾਡੇ ਸਾਹਮਣੇ ਖੜੀਆਂ ਜਾਨਵਰ ਵੇਖ ਲਓ ਬੱਚੀਆਂ ਵੇਖ ਲਓ ਮਾਸ਼ਾਅੱਲਾ ਸਫੇਦ ਇਹ ਵੀ ਬੀਰ ਦੀ ਹੈ ਠੀਕ ਹੈ ਇਹ ਮਾਸ਼ਾਅੱਲਾ ਇਹਨਾਂ ਹੋਰ ਕਾਫੀ ਬੱਚੀਆਂ ਜਿਹੜੀਆਂ ਉਹ ਹਨ ਜਿਹੜੀਆਂ ਬੀਰ ਦੀਆਂ ਜੀ ਜੀ ਬੀਰ ਬੜੇ ਅੱਛੇ ਆ ਫਿਰ ਬੜਾ ਅੱਛਾ ਰਿਜ਼ਲਟ ਹੈ ਇਹ ਇਹਨਾਂ ਤੋਂ ਪਹਿਲੇ ਉਮਰ ਦੀਆਂ ਉੱਧਰ ਬੱਚੀਆਂ ਬੜੀਆਂ ਫਿਰਦੀਆਂ ਵੱਡੀਆਂ ਪ੍ਰੈਗਨੈਂਟ ਹਨ ਉਹ ਵੀ ਕਾਫੀ ਬੀਰ ਦੀਆਂ ਕਾਫੀ ਸਾਡੇ ਬੋਲ ਦੀਆਂ ਠੀਕ ਹੈ ਇਕਬਾਲ ਸਾਹਿਬ ਮਾਸ਼ਾਅੱਲਾ ਤੁਸੀਂ ਬੜੀਆਂ ਕੀਮਤੀ ਗੱਲਾਂ ਦੱਸਦੇ ਹੋ ਪਏ ਇੱਥੇ ਹੁਣ ਇੱਕ ਸਵਾਲ ਹੈ ਕਿ ਮਾਸ਼ਾਅੱਲਾ ਤੁਹਾਡਾ ਤਾਂ ਫਾਰਮ ਹੈ ਤੁਸੀਂ ਆਪਣੇ ਜਿਹੜੇ ਅੱਗੋਂ ਉਹਨਾਂ ਦੇ ਜਾ ਨੇ ਉਹਨਾਂ ਨੂੰ ਤਿਆਰ ਕਰਦੇ ਹੋ ਪਏ ਅਲੱਗ ਰੱਖ ਕੇ ਹਾਂਜੀ ਅਗਰ ਕੋਈ ਦੋਸਤ ਚਾਹੁੰਦਾ ਕਿ ਮੈਂ ਛੋਟੇ ਜਾ ਲੈ ਕੇ ਵੱਛੀਆਂ ਲੈ ਕੇ ਉਹਨਾਂ ਨੂੰ ਤਿਆਰ ਕਰਾਂ ਅਤੇ ਉਹ ਕਿੰਨੇ ਕੁ ਦਿਨ ਦੀਆਂ ਲੇ ਅਤੇ ਉਹਨਾਂ ਨੂੰ ਕਿੰਨਾ ਅਰਸਾ ਰੱਖੇ ਮਾਸ਼ਾਅੱਲਾ ਜੀ ਬੜਾ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਮੈਨੂੰ ਬੜਾ ਪਸੰਦ ਆਇਆ ਜੀ ਜਿਹੜੀ ਵੱਛੀ ਲੈਣੀ ਹੈ ਨਾ ਜੀ ਇਹ ਕਮ ਅਜ਼ ਕਮ 8 ਤੋਂ 9 ਮਹੀਨੇ ਦੀ ਛੋਟੀ ਤੋਂ ਛੋਟੀ ਕਿਉਂਕਿ ਉਸ ਦੀ ਛੋਟੀ ਫਿਰ ਕਮਜ਼ੋਰ ਹੈ ਜੀ 9 ਮਹੀਨੇ ਦੀ ਵੱਛੀ ਲੈ ਕੇ ਫਿਰ ਤੁਸੀਂ ਉਹਨੂੰ ਚੰਗਾ ਵੰਡਾ ਜਿਹੜਾ ਆਪਣੇ ਘਰ ਤਿਆਰ ਕਰੋ ਬਾਜ਼ਾਰ ਨਾਲੋਂ ਘਰ 'ਚ ਬਿਹਤਰ ਹੈ ਜੀ ਜੀ ਉਹ ਚੀਜ਼ਾਂ ਖਾਲਸ ਹੈ ਤੁਹਾਡੀ ਅੱਖੀਂ ਦੇ ਸਾਹਮਣੇ ਤੁਸੀਂ ਵੰਡਾ ਤਿਆਰ ਕਰੋ ਫਿਰ ਨਾਲ ਉਹਨੂੰ ਤੁਸੀਂ ਥੋੜ੍ਹਾ ਜਿਹਾ ਤੇਲ ਵੀ ਇਸਤੇਮਾਲ ਕਰੋ ਤੇਲ ਜਿਹੜਾ ਵੰਡੇ ਦੇ ਵਿੱਚ ਥੋੜ੍ਹਾ ਥੋੜ੍ਹਾ ਪਾਈ ਰੱਖਣਾ ਸਰਸੋਂ ਦਾ ਤੇਲ ਪਾਓ ਉਹਦਾ ਬਹੁਤ ਅੱਛਾ ਰਿਜ਼ਲਟ ਹੈ ਠੀਕ ਹੈ ਕੌੜੀ ਖਲ ਲੈ ਕੇ ਉਹ ਵੀ ਥੋੜ੍ਹੀ ਥੋੜ੍ਹੀ ਵੰਡੇ ਵਿੱਚ ਇਸਤੇਮਾਲ ਕਰੋ ਉਹਦਾ ਬਹੁਤ ਅੱਛਾ ਰਿਜ਼ਲਟ ਹੈ ਉਹਦੇ ਨਾਲ ਚਿੱਚੜ ਵਗੈਰਾ ਨਹੀਂ ਪੈਂਦੇ ਜਾਨਵਰ ਨੂੰ ਜਿਹੜੇ ਪੇਟ 'ਚ ਕੀੜੇ ਹੁੰਦੇ ਹਨ ਉਹਨਾਂ ਦੇ ਵੀ ਕਾਫੀ ਬਿਹਤਰ ਜਾਣਗੇ ਜੀ ਜੀ ਫਿਰ ਉਹ ਜਾਨਵਰ ਨੂੰ ਤੁਸੀਂ ਨਾ 6 ਮਹੀਨੇ ਦੇ ਜਾਨਵਰ ਨੂੰ ਤੂੰ ਲੈ ਤੇ 8-9 ਮਹੀਨੇ ਦੇ ਖਰੀਦੋਗੇ ਫਿਰ ਉਹ ਇਨਸ਼ਾਅੱਲਾ ਠੀਕ 2.5 ਸਾਲ ਬਾਅਦ ਬੱਚੇ ਸੂ ਪੈਣਗੇ ਅਗਰ ਅਸੀਂ ਸਹੀ ਉਹਦੀ ਖਿਆਲ ਕਰਾਂਗੇ ਸਹੀ 2.5 ਸਾਲ ਬਾਅਦ ਇਨਸ਼ਾਅੱਲਾ ਬੱਚੇ ਮਾਂ ਬਣ ਕੇ ਸੂ ਪੈਗੇ ਠੀਕ ਹੈ ਹਾਂਜੀ ਸਰ ਉਹ ਜਿਹੜੀ 8-9 ਮਹੀਨੇ ਦੀ ਲਈ ਹੈ ਉਹਨੇ 2.5 ਸਾਲ ਦੀ ਉਮਰ 'ਚ ਸੋਣਾ ਜਾਂ ਕਿ 2.5 ਸਾਲ ਬਾਅਦ ਸੋਣਾ ਨਹੀਂ ਜੀ ਉਹ ਬੱਚੀ ਜੀ ਜਦੋਂ 9 ਮਹੀਨੇ ਦੀ ਹੋਗੀ ਤਾਂ 2 ਸਾਲ ਬਾਅਦ ਸੋਗਾ ਠੀਕ ਹੈ ਯਾਨੀ ਕਿ ਉਹਨੂੰ ਕੋਈ 2 ਸਾਲ ਰੱਖਣਾ ਪੈਣਾ ਸਿਰਫ 2 ਸਾਲ ਠੀਕ ਹੈ ਅਤੇ ਸਰ ਹੁਣ ਜ਼ਰਾ ਤੁਸੀਂ ਇਹ ਬੜੇ ਅੱਛੇ ਨਾਲ ਤਰੀਕੇ ਨਾਲ ਮੇਰੇ ਦੋਸਤਾਂ ਨੂੰ ਇਹ ਐਜੂਕੇਟ ਕਰਦੇ ਹੋ ਪੇ ਜੀ ਉਹ ਜਿਹੜੀ ਸਰ 9 ਕੁ ਮਹੀਨੇ ਦੀ ਵੱਛੀ ਲੈਣੀ ਹੈ ਜੀ ਜੀ ਉਹਨੂੰ ਜਿਹੜਾ ਫਾਰਮਰ ਹੈ ਕਿਸਾਨ ਹੈ ਉਹਨੇ 2 ਸਾਲ ਕੋਲ ਵੀ ਰੱਖਣਾ ਹੈ ਜੀ ਜੀ ਉਹ 9 ਮਹੀਨੇ ਦੀ ਵੱਛੀ ਲੱਭਣੀ ਕਿੰਨੇ ਦੀ ਹੈ 2 ਸਾਲ 'ਚ ਖਰਚਾ ਕਿੰਨੇ ਦਾ ਹੋਣਾ ਅਤੇ 2 ਸਾਲ ਬਾਅਦ ਉਹਨੂੰ ਮਿਲਣਾ ਕੀ ਉਹਦੇ ਤੋਂ ਕੀ ਮਿਲੇਗਾ ਦੇਖੋ ਜੀ ਮਾਸ਼ਾਅੱਲਾ ਤੁਸੀਂ ਇਹ ਵੀ ਬਹੁਤ ਅੱਛਾ ਸਵਾਲ ਕੀਤਾ ਮੈਨੂੰ ਬੜਾ ਪਸੰਦ ਆਇਆ ਜਦੋਂ ਤੁਸੀਂ 9 ਮਹੀਨੇ ਦੀ ਵੱਛੀ ਲੈਣੀ ਹੈ ਤੁਸੀਂ ਵੱਛੀ ਦੀ ਕੁਆਲਿਟੀ ਵੇਖਣੀ ਨਸਲ ਵੇਖਣੀ ਹੈ ਦੇਸੀ ਵੱਛੀ ਨਹੀਂ ਲੈਣੀ ਕਿਸੇ ਅੱਛੇ ਫਾਰਮ ਤੋਂ ਜਾਂ ਅੱਛੇ ਕਿਸੇ ਕਿਸਾਨ ਕੋਲ ਅੱਛੀ ਗਾਏ ਉਸ ਗਾਏ ਦੀ ਤੁਸੀਂ ਪਿੱਛੇ ਵੇਖਣੀ ਵੀ ਇਹਦੀ ਵਾਲਦਾ ਚੰਗੀ ਹੈ ਇਹਦਾ ਬੱਚਾ ਚੰਗਾ ਸੀ ਇਹਦਾ ਬਾਪ ਚੰਗਾ ਹੈ ਬੱਚੀ ਅੱਛੀ ਨਸਲ ਵਾਲੀ ਹੋਵੇ ਉਹ ਤੁਹਾਨੂੰ ਤਕਰੀਬਨ ਜਿਹੜੀ 9 ਮਹੀਨੇ ਦੀ ਬੱਚੀ ਹੈ ਉਹ 50-60 ਹਜ਼ਾਰ ਰੁਪਏ ਦੀ ਮਿਲੇਗੀ ਫਿਰ ਤੁਸੀਂ 2 ਸਾਲ ਉਸ ਬੱਚੀ ਨੂੰ ਮਾਸ਼ਾਅੱਲਾ ਤੁਸੀਂ ਉਹਨੂੰ ਮਜ਼ੀਦ ਆਉਂਦੇ ਅਤੇ ਤੁਸੀਂ ਕੋਈ 60-70 ਹਜ਼ਾਰ ਰੁਪਏ ਉਹਦੇ 'ਤੇ ਮਜ਼ੀਦ ਹੋਰ ਖਰਚਾ ਕਰ ਲਓ ਜੀ ਕਿਉਂਕਿ ਬੱਚਾ ਹੀ ਹੈ ਨਾ ਉਹਨੇ ਜ਼ਿਆਦਾ ਖੁਰਾਕ ਤਾਂ ਨਹੀਂ ਖਾਣੀ ਜੀ 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 ਤੁਸੀਂ 60-70-80 ਹਜ਼ਾਰ ਰੁਪਏ ਖਰਚਾ ਕਰ ਲਓ ਇਹ ਬਣ ਗਿਆ 1,40,000 ਰੁਪਈਆ ਉਹ ਮਾਸ਼ਾਅੱਲਾ ਬੱਚੀ ਅਗਰ ਕੁਆਲਿਟੀ ਵਾਲੀ ਤਾਂ 2.5-3 ਲੱਖ ਰੁਪਏ ਦੀ ਗਾਂ ਬਣ ਜਾਏਗੀ 2 ਸਾਲ ਦਾ ਮਾਸ਼ਾਅੱਲਾ ਅਗਰ ਤੁਸੀਂ 5-10 ਬੱਚੀਆਂ ਪਾਲਦੇ ਨੇ ਇਹ ਮੇਰੇ ਭਾਈਆਂ ਨੂੰ ਮੈਂ ਇਤਲਾਹ ਦਿੰਦਾ ਮੇਰੇ ਭਾਈ ਜਿਹੜੇ ਸੁਣ ਰਹਿਣ ਵੇਖ ਰਹਿਣ ਉਹਨਾਂ ਵਾਸਤੇ ਇਤਲਾਹ ਹੈ ਕਿ ਮਾਸ਼ਾਅੱਲਾ 1.25-1.5 ਲੱਖ ਰੁਪਈਆ ਇੱਕ ਬੱਚੀ ਪ੍ਰਾਫਿਟ ਦਿੰਦੀ ਹੈ ਅਗਰ ਉਹਨੂੰ ਸਹੀ ਹੁੰਦਾ ਕੁਲੀਅਰ ਤਰੀਕੇ ਨਾਲ ਉਸ ਬੱਚੀ ਨੂੰ ਪਾਲਿਆ ਜਾਵੇ ਫਿਰ ਉਹਨੂੰ ਬੀਜ ਅੱਛਾ ਰਖਾਇਆ ਜਾਵੇ ਤਾਂ ਕਿ ਉਹ ਬੱਚੀ ਵੀ ਫਿਰ ਅੱਗੇ ਬੱਚੀ ਦੇਵੇ ਜੀ ਜੀ ਅਤੇ ਇਹ ਚੀਜ਼ਾਂ ਮੇਰੇ ਭਾਈ ਥੋੜ੍ਹਾ ਜਿਹਾ ਮਿਹਨਤ ਕਰਨ ਨਾਲ ਲੈਣ ਇਹ ਮਾਸ਼ਾਅੱਲਾ ਬਹੁਤ ਅੱਛਾ ਕਾਰੋਬਾਰ ਹੈ ਜੀ ਅਗਰ ਮੇਰੇ ਕਿਸਾਨ ਭਾਈ ਮੇਰੇ ਫਾਰਮਰ ਭਾਈ ਡੇਅਰੀ ਵਾਲੇ ਭਾਈ ਅਗਰ ਇਸ ਗੱਲ 'ਤੇ ਥੋੜ੍ਹੀ ਜਿਹੀ ਤਵੱਜੋ ਦੇਵਣ ਤਾਂ ਸਾਡੇ ਇਨਸ਼ਾਅੱਲਾ ਮੁਲਕ 'ਚ ਖੁਸ਼ਹਾਲੀ ਆ ਸਕਦੀ ਹੈ ਸਾਡੀ ਦੁੱਧ ਦੀ ਪ੍ਰੋਟੈਕਸ਼ਨ ਬਹੁਤ ਜ਼ਿਆਦਾ ਵੱਧ ਸਕਦੀ ਹੈ ਸਾਡੇ ਗੋਸ਼ਤ ਦੀ ਪ੍ਰੋਟੈਕਸ਼ਨ ਵੱਧ ਸਕਦੀ ਹੈ ਮਾਸ਼ਾਅੱਲਾ ਸਾਡੇ ਵਾਸਤੇ ਨਾ ਇਹ ਬਹੁਤ ਅੱਛਾ ਘਰ ਛੋਟਾ ਜਿਹਾ ਸਾਫ਼ ਸੁਥਰਾ ਕਾਰੋਬਾਰ ਹੈ ਅਸੀਂ ਦਿਹਾਤ 'ਚ ਆਸਾਨੀ ਨਾਲ
ਆਦੀ ਪਰੇਸ਼ਾਨੀਆਂ ਮੁਸੀਬਤਾਂ ਤੋਂ ਬਚ ਸਕਣ। ਮਾਸ਼ਾਅੱਲਾ ਜ਼ਿੰਦਾਬਾਦ ਸਰ, ਤੁਸੀਂ ਦਿਲ ਖੁਸ਼ ਕੀਤਾ, ਬੜੀਆਂ ਸੋਹਣੀਆਂ ਤੇ ਕੀਮਤੀ ਗੱਲਾਂ ਕੀਤੀਆਂ ਨੇ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਵੀ ਮਜ਼ੀਦ ਇਜ਼ਾਫਾ ਤਾ ਫਰਮਾਏ। ਅੱਲਾਹ ਹਾਫਿਜ਼। ਸ੍ਰੀ ਇਕਬਾਲ ਸਾਹਿਬ, ਜਿਹੜੇ ਦੋਸਤ ਤੁਹਾਡੇ ਕੋਲ ਕੋਈ ਮਾਲੂਮਾਤ ਲੈਣਾ ਚਾਹੁੰਦੇ ਨੇ ਜਾਂ ਕੋਈ ਜਾਨਵਰ ਖਰੀਦਣਾ ਚਾਹੁੰਦੇ ਨੇ, ਜਨਾਬ ਦਾ ਕੋਈ ਰਾਬਤਾ ਨੰਬਰ? ਜੀ ਬਿਲਕੁਲ ਹੈਗਾ ਮੇਰੇ ਭਾਈ, ਜਿਹੜੇ ਅੱਛੇ ਜਾਨਵਰ ਖਰੀਦਣਾ ਚਾਹਵਣ, ਇਹ ਵੀ ਇਸ ਫਾਰਮ 'ਚ ਮੈਂ ਮੈਨੇਜਰ ਹੈਗਾ, ਮੈਂ ਤਕਰੀਬਨ 10 ਫਾਰਮਾਂ ਨੂੰ ਜਾਨਵਰ ਦੇ ਰਹੀ ਹਾਂ। ਗਾਏ ਦਾ ਮੈਂ ਕਾਰੋਬਾਰ ਕਰਨਾ, ਅੱਛੀ ਤੋਂ ਅੱਛੀ ਗਾਏ ਇਨਸ਼ਾਅੱਲਾ ਮੈਂ ਖਰੀਦ ਕੇ ਲਿਆਉਣਾ ਅਤੇ ਅੱਛੀ ਤੋਂ ਅੱਛਾ ਆਉਣਾ, ਫਿਰ ਅਸੀਂ ਮਾਰਕੀਟ 'ਚ ਰਿਆਇਤ ਦਿੰਦੇ ਹਾਂ। ਜੀ ਜੀ, ਮੇਰਾ ਇਨਸ਼ਾਅੱਲਾ ਕੋਈ 8-10 ਡੇਅਰੀ ਫਾਰਮ ਵਾਲਾ ਨਾਲ ਤਲਕ ਹੈ, ਉਹ ਕੋਈ ਡੇਅਰੀ ਫਾਰਮ ਵਾਲਾ ਜ਼ਰੂਰਤ ਦੇ ਤਹਿਤ ਕੋਈ ਜਾਨਵਰ ਵੇਚਦਾ, ਫਿਰ ਮੈਂ ਖਰੀਦ ਲੈਂਦਾ। ਕਿਸੇ ਨੂੰ ਜ਼ਰੂਰਤ ਹੈ ਅਤੇ ਫਿਰ ਮੈਂ ਉਹ ਅੱਗੇ ਫਰੋਖਤ ਕਰ ਦਿੰਦਾ। ਠੀਕ ਹੈ। ਵੱਛੀਆਂ ਵੀ ਮੈਂ ਖਰੀਦ ਲੈਂਦਾ। ਜੀ ਜੀ, ਮੈਂ ਛੋਟੀਆਂ ਵੱਛੀਆਂ ਵੀ ਅੱਗੇ ਸੇਲ ਕਰ ਦਿੰਦਾ। ਕਿਸੇ ਮੇਰੇ ਭਾਈ ਨੂੰ ਜ਼ਰੂਰਤ ਹੋਵੇ ਅੱਛੀ ਗਾਏ ਲੈਣੀ ਹੋਵੇ, ਬਿਲਕੁਲ ਅੱਛੀ ਗਾਏ, ਨਸਲ ਵਾਲੀ ਗਾਏ, ਦੁੱਧ ਵਾਲੀ ਗਾਏ, ਫਿਰ ਰੇਟ ਵੀ ਮਾਕੂਲ ਹੋਏਗਾ। ਜੀ ਜੀ, ਨੰਬਰ ਮੇਰਾ 0301-7375-313, ਟੈਲੀਨਾਰ ਦਾ ਨੰਬਰ 0347-4895-237। ਮੇਰਾ ਇਨਸ਼ਾਅੱਲਾ 25 ਸਾਲ ਤੋਂ ਤਜਰਬਾ ਹੈ, 25 ਸਾਲ ਤੋਂ ਮੈਂ ਗਾਏ ਦਾ ਕਾਰੋਬਾਰ ਕਰ ਰਹੀ ਹਾਂ। ਮਾਸ਼ਾਅੱਲਾ ਕਾਫੀ ਮੇਰੇ ਦੋਸਤ ਜਿਨ੍ਹਾਂ ਮੇਰੇ ਕੋਲੋਂ ਇਹ ਜਿਹੜੇ ਫਾਰਮ 'ਤੇ ਹੁਣ ਅਸੀਂ ਖੜ੍ਹੇ ਹੈ, ਇਸ ਫਾਰਮ 'ਚ ਤਕਰੀਬਨ 100 ਗਾਏ ਮੈਂ ਦਿੱਤੀ ਹੈ, ਅਤੇ ਮਾਸ਼ਾਅੱਲਾ ਉਹ ਮਾਲਕ ਕੋਲ ਤੁਸੀਂ ਪੁੱਛ ਸਕਦੇ ਨੇ, ਇਹ ਸਾਰੀ ਫਾਰਮ ਦੇ ਸਾਰੇ ਜਾਨਵਰ ਮੈਂ ਦਿੱਤੇ। ਅਰਜੈਂਟ ਵੀ ਤੁਹਾਡੇ ਕੋਲ ਮਿਲ ਜਾਂਦੇ? ਜੀ, ਮੇਰੇ ਕੋਲ 24 ਘੰਟੇ 5-7-10 ਜਾਨਵਰ ਮੇਰੇ ਕੋਲ ਅਰਜੈਂਟ ਹੈ। ਕੋਈ ਮੇਰਾ ਭਾਈ ਮੇਰੇ ਨਾਲ ਰਾਬਤਾ ਕਰਨਾ ਚਾਹੇ ਤਾਂ ਮੇਰੇ ਕੋਲ ਅਰਜੈਂਟ 24 ਘੰਟੇ ਜਾਨਵਰ ਦਸਤਿਆਬ ਹੁੰਦੇ ਨੇ। ਇਨਸ਼ਾਅੱਲਾ ਜਦੋਂ ਵੀ ਕੋਈ ਭਾਈ ਰਾਬਤਾ ਕਰੇਗਾ, ਨੰਬਰ ਮੇਰਾ ਮੈਂ ਫਿਰ ਲਿਖ ਲਓ, 0301-7375-313, 0347-4895-237, ਮੁਹੰਮਦ ਇਕਬਾਲ ਨੂਨ ਬੁੰਗਾ ਹਯਾਤ। ਅਗਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਕਰੋ, ਕਮੈਂਟਸ ਕਰੋ, ਸ਼ੇਅਰ ਕਰੋ ਤੇ ਦੋਵਾਂ 'ਚ ਯਾਦ ਕਰੋ ਤੇ ਗੱਲਾਂ ਬੜੀਆਂ ਸਾਫ ਸੁਥਰੀਆਂ ਕੀਤੀਆਂ ਨੇ ਭਾਈ ਮੁਹੰਮਦ ਇਕਬਾਲ ਨੇ। ਤੇ ਹੁਣ ਇਜਾਜ਼ਤ ਦਿਓ ਆਦੇ ਭਰਾ ਨੂੰ। ਅਸਲਾਮ ਵਾਲੇਕੁਮ ਵਰਹਿਮਤੁਲਲਾਹ ਵਬਰਕਾਤ।